ਹਾਜ਼ਰੀਨ, ਜਿਸ ਤਰ੍ਹਾਂ ਕਿ ਜੌਲ ਸਾਹਿਬ ਨੇ ਦੱਸਿਆ ਕਿ ਜਿਹੜੇ ਲੋਕ ਟਾਈਮ ਦੇ ਪਾਬੰਦ ਹੁੰਦੇ ਨੇ ਉਹੀ ਤਰੱਕੀ ਕਰਦੇ ਨੇ। ਸੋ ਸਾਰਿਆਂ ਨੂੰ ਪਹਿਲਾਂ ਤਾਂ ਮੁਬਾਰਕ ਕਿ ਜਿਹੜੇ ਟਾਈਮ ਨਾਲ ਆਏ ਨੇ। ਅਤੇ ਅੱਜ ਮੈਂ ਗੀਤ ਜਿਹੜਾ ਉਹ ਜੌਲ ਸਾਹਿਬ ਦਾ ਹੀ ਲਿਖਿਆ ਗੀਤ ਹੈ ਉਹ ਪੇਸ਼ ਕਰਾਂਗਾ। ਇੱਕ ਛੋਟੀ ਜਿਹੀ ਬੱਚੀ ਆਪਣੇ ਬਾਬਲ ਨੂੰ ਕੁਝ ਕਹਿ ਰਹੀ ਹੈ, ਉਹ ਕੁਝ ਚੰਦ ਲੈਣਾ ਜਨਮੇਜਾ ਜੌਲ ਜੀ ਨੇ ਲਿਖੀਆਂ ਨੇ, ਸੋ ਪੇਸ਼ ਨੇ। ਹਜੇ ਤਾਂ ਮੈਂ ਪੂਣੀ ਨਸ਼ੋਹੀ ਬਾਬਲ ਤੈਨੂੰ ਫਿਕਰ ਪਿਆਏ ਤੈਨੂੰ ਬਾਬਲਾ ਫਿਕਰ ਪਿਆਏ ਅਜੇ ਤਾਂ ਮੈਂ ਪੂਣੀ ਨਸ਼ੋਹੀ ਅਜੇ ਤਾਂ ਮੈਂ ਪੂਣੀ ਨਸ਼ੋਹੀ ਤੈਨੂੰ ਬਾਬਲਾ ਫਿਕਰ ਪਿਆਏ ਤੈਨੂੰ ਬਾਬਲਾ ਫਿਕਰ ਪਿਆਏ ਅਜੇ ਤਾਂ ਮੈਂ ਕੀਤੇ ਨੀ ਸਾਂਭੇ ਅਜੇ ਤਾਂ ਮੈਂ ਕੀਤੇ ਨੀ ਸਾਂਭੇ ਤੈਨੂੰ ਬਾਬਲਾ ਫਿਕਰ ਪਿਆਏ ਤੈਨੂੰ ਬਾਬਲਾ ਫਿਕਰ ਪਿਆਏ ਤੈਨੂੰ ਬਾਬਲਾ ਫਿਕਰ ਪਿਆਏ ਅਜੇ ਤਾਂ ਮੈਂ ਚੁੰਨੀ ਨਾ ਆਉਣੀ ਤੈਨੂੰ ਬਾਬਲਾ ਫਿਕਰ ਪਿਆਏ ਤੈਨੂੰ ਬਾਬਲਾ ਫਿਕਰ ਪਿਆਏ ਤੈਨੂੰ ਬਾਬਲਾ ਫਿਕਰ ਪਿਆਏ ਅਜੇ ਤਾਂ ਮੈਂ ਕਾਲੀ ਨਾ ਮੰਗੀ ਅਜੇ ਫਿਕਰ ਪਿਆਏ ਤੈਨੂੰ ਬਾਬਲਾ ਫਿਕਰ ਪਿਆਏ ਤੈਨੂੰ ਬਾਬਲਾ ਫਿਕਰ ਪਿਆਏ ਅਜੇ ਤਾਂ ਮੈਂ ਮਹਿੰਦੀ ਨਾਰੰਗੀ ਅਜੇ ਫਿਕਰ ਪਿਆਏ ਤੈਨੂੰ ਬਾਬਲਾ ਫਿਕਰ ਪਿਆਏ ਤੈਨੂੰ ਬਾਬਲਾ ਫਿਕਰ ਪਿਆਏ ਅਜੇ ਤਾਂ ਮੈਂ ਸ਼ਬਦਾਂ ਤੋਣੀ ਅਜੇ ਤੈਨੂੰ ਬਾਬਲਾ ਫਿਕਰ ਪਿਆਏ
ਤੈਨੂੰ ਬਾਬਲਾ ਫਿਕਰ ਪਿਆਏ, ਤੈਨੂੰ ਬਾਬਲਾ ਫਿਕਰ ਪਿਆਏ। ਧੰਨਵਾਦ।